ਬਠਿੰਡਾ ਤੋਂ ਬਠਿੰਡਾ ਦੇ ਪਿੰਡ ਪਥਰਾਲਾ ਵਿੱਚ ਦਿਨ ਦਿਹਾੜੇ ਦਾਦੇ ਅਤੇ ਪੋਤੇ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਦੋਵੇਂ ਕਤਲ ਦਿਨ ਦਿਹਾੜੇ ਅਣਪਛਾਤਿਆਂ ਵੱਲੋਂ ਕੀਤੇ ਗਏ ਨੇ। ਮ੍ਰਿਤਕਾਂ ਵਿੱਚੋਂ ਬਜ਼ੁਰਗ ਦਾ ਨਾਮ ਸ਼ਿੰਗਾਰਾ ਰਾਮ ਅਤੇ ਬੱਚੇ ਦਾ ਨਾਮ ਮੰਗਲ ਸਿੰਘ ਦੱਸਿਆ ਜਾ ਰਿਹਾ ਹੈ। ਕਤਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਤਲ ਦੇ ਕਾਰਨਾਂ ਦੀ ਪੜਤਾਲ ਆਰੰਭ ਦਿੱਤੀ ਹੈ। ਹਾਲ ਦੀ ਕੜੀ ਲੇਕਿਨ ਘਰਦਿਆਂ ਨਾਲ ਅਸੀਂ ਗੱਲਬਾਤ ਕੀਤੀ ਆ। ਘਰਦੇ ਵਿਚਾਰੇ ਉਹ ਮਤਲਬ ਕਿ ਬਹੁਤ ਜ਼ਿਆਦਾ ਸਦਮੇ 'ਚ ਨੇ, ਉਹ ਗੱਲ ਕਰਨ ਦੀ ਪੋਜੀਸ਼ਨ 'ਚ ਹੈ ਨਹੀਂ ਗੇ। ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਸੋਰਸ ਲਾ ਕੇ ਅਸੀਂ ਇਸ ਗੱਲ ਨੂੰ ਫਾਈਂਡ ਆਊਟ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੌਰਾਨੇ ਮਤਲਬ ਕਿ ਇਨਵੈਸਟੀਗੇਸ਼ਨ ਸਪੋਟ ਦੇ ਉੱਪਰੋਂ ਸਾਨੂੰ ਜਿਹੜਾ ਸਪੋਟ ਆਫ ਅਕੂਰੈਂਸ ਆ ਕੁਛ ਕਲਿਊ ਵੀ ਮਿਲਿਆ। ਉਹਦੇ ਅਕੋਰਡਿੰਗ ਜਿਹੜੀ ਆ ਸਾਡੀ, ਅਸੀਂ ਤਫਤੀਸ਼ ਜਿਹੜੀ ਆ ਸਾਡੀ ਟੀਮ ਇੱਥੇ ਆਈ ਵੀ ਆ, ਇਹ ਬੰਦਾ ਕਦੋਂ ਟਰੇਸ ਹੋ ਜਾਏਗਾ ਸਾਡੇ ਕੋਲ ਕਲਿਊ ਹੈ।